ਕਿਸਾਨਾਂ ਦੇ ਨਾਲ ਹਰਿਆਣਾ ਦੇ ਵਿੱਚ ਵਤੀਰਾ ਵਰਤਿਆ ਗਿਆ ਸਰਕਾਰ ਵੱਲੋਂ, ਹਰਿਆਣਾ ਸਰਕਾਰ ਵੱਲੋਂ, ਉਸ ਵਤੀਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਨਿੰਦਾ ਸੀਐਮ ਸਾਹਿਬ ਵੱਲੋਂ ਵੀ ਕੀਤੀ ਗਈ ਹੁਣ? ਦੇਖੋ ਜਿਹੜਾ ਕਿਸਾਨ ਸ਼ਾਂਤਮਈ ਅੰਦੋਲਨ 5 ਜੂਨ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਜੀ, ਪੰਜਾਬ 'ਚ ਲਗਾਤਾਰ 60 ਦਿਨ ਸ਼ਾਂਤਮਈ ਅੰਦੋਲਨ ਪ੍ਰੋਟੈਸਟ ਕਿਸਾਨਾਂ ਵੱਲੋਂ ਕੀਤਾ ਗਿਆ ਜੀ। ਆਪਣੀਆਂ ਮੰਗਾਂ ਦਾ ਬਾਰ ਬਾਰ ਇਹਨਾਂ ਨੇ ਸੈਂਟਰ ਕੋਲ ਰੱਖੀਆਂ, ਇਹਨਾਂ ਦੀ ਮੀਟਿੰਗਸ ਵੀ ਹੋਈਆਂ ਪਿੱਛੇ, 13 ਤਰੀਕ ਦੀ 7-8 ਘੰਟੇ ਮੈਰਾਥਨ ਮੀਟਿੰਗ ਚੱਲੀ, ਜਿਹਦੇ ਬਾਅਦ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਇਹ ਸਰਕਾਰ ਦਾ ਫੇਲੀਅਰ ਹੈ ਜੀ, ਉਹਨਾਂ ਨੂੰ ਸੰਤੁਸ਼ਟ ਨਹੀਂ ਕਰ ਪਾਈਆਂ, ਸੈਂਟਰ ਗਵਰਨਮੈਂਟ ਦਾ ਫੇਲੀਅਰ ਹੈ। ਔਰ ਉਹਨੂੰ ਦੇਖਦੇ ਹੋਏ ਜੋ ਕਿਸਾਨਾਂ ਨੇ ਆਪਣਾ 25-26 ਦਾ ਅੰਦੋਲਨ ਅਤੇ 2 ਮਹੀਨੇ ਪਹਿਲਾਂ ਹੀ ਐਲਾਨ ਕੀਤਾ ਸੀਗਾ ਜੀ, ਉਹ ਆਪਣਾ ਪੀਸਫੁਲ ਪ੍ਰੋਟੈਸਟ, ਦੇਖੋ ਇੱਕ ਡੈਮੋਕ੍ਰੈਟਿਕ ਰਾਈਟ ਹੈ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ, ਜੇ ਉਹ ਜਾ ਰਹੇ ਸੀ ਆਪਣੀ ਗੱਲ ਦਿੱਲੀ ਨੂੰ ਰੱਖਣ ਜਾ ਰਹੇ ਸੀ, ਅਤੇ ਹਰਿਆਣਾ ਸਰਕਾਰ ਨੇ ਬਹੁਤ ਹੀ ਦੁਰਭਾਗਿਆਪੂਰਨ ਕੰਮ ਕੀਤਾ ਕਿ ਇੱਕ ਉੱਥੇ ਬੈਰੀਕੇਡਿੰਗ ਕੀਤੀ ਗਈ, ਫੈਂਸਿੰਗ ਕੀਤੀ ਗਈ, ਉਹਨਾਂ 'ਤੇ ਆਂਸੂ ਗੈਸ ਛੋੜੇ ਗਏ, ਲਾਠੀਆਂ ਵਰਸਾਈਆਂ ਗਈਆਂ, ਔਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ, ਕਈ ਲੋਕ ਉਹ 'ਚ ਜ਼ਖਮੀ ਹੋਏ, ਕਈ ਉਹਦੇ 'ਚ ਬਜ਼ੁਰਗ ਵੀ ਸੀਗੇ, ਕਈ ਹੈਂਡੀਕੈਪ ਕਿਸਾਨ ਸੀ ਜਿਹੜੇ ਵਿਚਾਰੇ 2-2, 1.5-1.5 ਏਕੜ ਦੇ ਮਾਲਕ ਨੇ, ਜਦਕਿ ਉਹਨਾਂ ਨੂੰ ਇਸ ਵੇਲੇ ਬਿਜਾਈ ਦਾ ਕੰਮ ਹੈ, ਘਰ ਬਹਿਣਾ ਚਾਹੀਦਾ, ਔਰ ਆਪਣੇ ਘਰ ਬਾਰ ਛੱਡ ਕੇ ਉਹ ਉੱਥੇ ਜਾ ਰਹੇ ਸੀ, ਉਹਨਾਂ ਨਾਲ ਬਹੁਤ ਹੀ ਮਾੜਾ ਵਤੀਰਾ ਕੀਤਾ ਗਿਆ, ਜਿਹਦੀ ਸੀ ਐੱਮ ਸਾਹਿਬ ਵੱਲੋਂ ਵੀ ਨਿੰਦਾ ਕੀਤੀ ਗਈ ਹੈ। ਹਾਲਾਂਕਿ ਜਦੋਂ ਦਿੱਲੀ ਵਾਲੇ ਬੁਲਾ ਰਹੇ ਆ, ਪੰਜਾਬ ਵਾਲੇ ਜਾਣ ਦੇ ਰਹੇ ਆ, ਤਾਂ ਇਹਨਾਂ ਨੂੰ ਕੀ ਪ੍ਰੋਬਲਮ ਸੀ, ਹਰਿਆਣਾ ਗਵਰਨਮੈਂਟ ਨੂੰ ਕੀ ਪ੍ਰੋਬਲਮ ਸੀ? ਦੂਜੇ ਪਾਸੇ ਸਰ, ਜਿਸ ਤਰੀਕੇ ਨਾਲ ਜਦੋਂ ਪੂਰਾ ਪ੍ਰੋਟੈਸਟ ਚੱਲ ਰਿਹਾ ਸੀਗਾ, ਦਿੱਲੀ ਕੂਚ ਦਾ ਪ੍ਰੋਸੀਜਰ ਚੱਲ ਰਿਹਾ ਸੀਗਾ, ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਤੁਸੀਂ ਵੇਖਿਆ ਹੋਏਗਾ ਇੱਕ ਮੁੰਡੇ ਨੇ ਵਾਟਰ ਕੈਨਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਜੀ, ਉਸ ਮੁੰਡੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਚਾਰਜਸ ਹੁਣ ਹਰਿਆਣਾ ਸਰਕਾਰ ਵੱਲੋਂ ਲਾ ਦਿੱਤੇ ਗਏ। ਦੇਖੋ, ਹਰਿਆਣਾ ਕਿਸਾਨ ਯੂਨੀਅਨ ਦੇ ਪ੍ਰਧਾਨ ਦਾ ਬੇਟਾ ਸੀ, ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਜਿਹਨੇ ਉੱਥੇ ਜੰਪ ਕੀਤਾ ਸੀਗਾ ਵਾਟਰ ਕੈਨਨ ਦੇ ਰੋਕਣ ਦੇ ਉੱਤੇ, 307 ਦਾ ਪਰਚਾ ਕੀਤਾ ਗਿਆ, ਹੋਰ ਸਾਡੇ ਜਥੇਬੰਦੀਆਂ ਦੇ ਪੰਜਾਬ 'ਤੇ ਵੀ ਪਰਚੇ ਕੀਤੇ ਗਏ ਹਰਿਆਣਾ ਸਰਕਾਰ ਵੱਲੋਂ, ਜਿਹੜਾ ਇੱਕ ਪੀਸਫੁਲ ਪ੍ਰੋਟੈਸਟ ਤੁਸੀਂ ਤਾਂ ਪ੍ਰੋਵੋਕ ਕਰ ਰਹੇ ਹੋ, ਜੇ ਤੁਸੀਂ ਬੈਰੀਕੇਡਿੰਗ ਕਰੋਗੇ, ਫੈਂਸਿੰਗ ਕਰੋਗੇ, ਇਹ ਕੋਈ ਪਾਕਿਸਤਾਨ ਤੋਂ ਆਏ ਲੋਕ ਥੋੜ੍ਹਾ ਸੀ, ਇਹ ਕੋਈ ਟੈਰਰਿਸਟ ਨੇ ਜਿਹੜੇ ਆਪਣੇ ਹੱਕ, ਆਪਣੀ ਕੋਈ ਭੀਖ ਨਹੀਂ ਮੰਗ ਰਹੇ ਉਹ ਸੈਂਟਰ ਤੋਂ, ਆਪਣੇ ਹੱਕ ਦੀ ਗੱਲ ਕਰ ਰਹੇ ਆ, ਬਜਾਏ ਉਹਨਾਂ ਦੀ ਸਪੋਰਟ ਕਰਨ ਦੀ, ਇਹਨਾਂ ਨੇ ਉਹਨਾਂ ਲਈ ਇਹ ਕੀਤਾ। ਮੈਂ ਤਾਂ ਧੰਨਵਾਦ ਦਿੰਦਾ ਵਾਂ ਕਿਸਾਨ, ਹਰਿਆਣਾ ਦੇ ਕਿਸਾਨ ਜਥੇਬੰਦੀਆਂ ਨੂੰ, ਜਿਨ੍ਹਾਂ ਨੇ ਪਹਿਲੀ ਬੈਰੀਕੇਡਿੰਗ ਹਰਿਆਣਾ ਕਿਸਾਨ ਵੱਲੋਂ ਤੋੜੀ ਗਈਆਂ ਬੈਰੀਕੇਡਿੰਗਾਂ, ਔਰ ਪੰਜਾਬ ਦੇ ਕਿਸਾਨ ਦਾ ਨਾ ਵੈਲਕਮ ਕੀਤਾ, ਠੀਕ ਹੈ ਜੀ, ਉਹਨਾਂ ਦੇ ਨਾਲ ਖੜੇ ਹੋ ਕੇ। ਅੱਜ ਵੀ ਦੇਖੋ ਸਾਰੇ ਦਿੱਲੀ ਦੇ ਵਿੱਚ, ਯੂਪੀ, ਮਹਾਰਾਸ਼ਟਰਾ, ਹਿਮਾਚਲ ਤੋਂ ਸਾਰੇ ਕਿਸਾਨ ਜਥੇਬੰਦੀਆਂ ਉੱਥੇ ਇਕੱਠੀਆਂ ਹੋ ਰਹੀਆਂ ਜੀ, ਔਰ ਉਹ ਆਪਣੀ ਜਾਇਜ਼ ਮੰਗ ਲਈ ਲੜ ਰਹੇ ਨੇ ਜੀ। ਇੱਕ ਡੈਮੋਕ੍ਰੈਟਿਕ ਰਾਈਟ ਹੈ ਸਾਨੂੰ ਲੜਨ ਦਾ, ਆਪਣੀ ਮੰਗ ਨੂੰ ਚੁੱਕਣ ਦਾ। ਜਿਹੜੇ ਅੰਨਦਾਤਾ ਨੇ, ਅਸੀਂ 2% ਨੇ, 40% ਹਿੱਸਾ ਪਾਉਂਦੇ ਜੀ ਅਸੀਂ ਨੈਸ਼ਨਲ ਪੂਲ ਦੇ ਵਿੱਚ, ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ, ਗ੍ਰੀਨ ਰੈਵੋਲਿਊਸ਼ਨ ਅਸੀਂ ਲੈ ਕੇ ਆਇਆ ਸਾਡਾ ਕਿਸਾਨ, ਔਰ ਆਪਾਂ ਉਹਦੇ ਹੀ ਢਿੱਡ ਨੂੰ ਪੈ ਗਏ ਹਾਂ ਜੀ। ਅਸੀਂ ਉਹਨੂੰ ਹੀ ਖਤਮ ਕਰਨ ਦੇਣ ਲੱਗੇ ਹਾਂ, ਕਾਰਪੋਰੇਟ ਸੂਟ ਬੂਟ ਵਾਲੀ ਸਰਕਾਰ ਬੰਦਿਆਂ ਕੋਲ। ਇੱਕ ਸਵਾਲ ਇਹ ਵੀ ਹੈ ਕਿ ਭਾਜਪਾ ਦਾ ਇਹ ਕਹਿਣਾ ਕਿ ਪੰਜਾਬ ਦਾ ਕਿਸਾਨ ਹੀ ਕਿਉਂ ਪ੍ਰੋਟੈਸਟ ਕਰ ਰਿਹਾ ਹੈ, ਬਾਕੀ ਦੇਸ਼ ਦੇ ਕਿਸਾਨ ਕਿਉਂ ਇਸ ਚੀਜ਼ ਦੇ ਅਗੇਂਸਟ ਨਹੀਂ ਹੈ? ਦੇਖੋ, ਓਵਰਆਲ ਤੁਸੀਂ ਦੇਖੋ ਜੀ, ਮੈਜੋਰਟੀ ਜਿਹੜੀ ਆ ਉਹ ਕਿਸਾਨ ਇਸ ਦੇ ਅਗੇਂਸਟ ਨੇ, ਬੱਚਾ ਬੱਚਾ ਇਹਨਾਂ ਦੇ ਫਾਰਮ ਬਿੱਲਸ ਦੇ ਅਗੇਂਸਟ ਆ। ਤੁਸੀਂ ਦੇਖੋ, ਪੰਜਾਬ ਔਰ ਹਰਿਆਣਾ ਦਾ ਮੇਜਰ ਐਗਰੀਕਲਚਰ ਸਟੇਟ ਰਹੀ ਹੈ ਜੀ, ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਰਿਹਾ, ਔਰ ਪੰਜਾਬ ਦਾ ਕਿਸਾਨ ਅੱਜ ਦਾ ਅੰਦਾਤਾ ਬੜਾ ਪੜ੍ਹਿਆ ਲਿਖਿਆ ਵਾ। ਨੌਜਵਾਨ ਪੀੜ੍ਹੀ ਵੀ ਖੇਤੀ ਕਰਦੀ ਹੈ, ਅਸੀਂ ਵੀ ਖੇਤੀ ਕਰਦੇ ਹਾਂ, ਸਾਨੂੰ ਸਾਰੀਆਂ ਗੱਲਾਂ ਦਾ ਇਸ ਤੋਂ ਅਸੀਂ ਭਲੇ ਭਾਅ ਹੀ ਜਾਣੂ ਹਾਂ। ਮੈਂ ਇਹ ਸਮਝਦਾ ਵਾਂ ਕਿ ਇੱਕ ਪਾਸੇ ਇਹਨਾਂ ਦੇ ਮਿਨਿਸਟਰ ਕਹਿੰਦੇ ਆ ਜੀ, ਅਸੀਂ ਹਰਿਆਣਾ ਦੇ ਖੱਟਰ ਸਾਹਿਬ ਦੀ ਆਪਾਂ ਗੱਲ ਲੈ ਲਈਏ, ਉਹਨਾਂ ਕਿਹਾ ਜੀ ਮੈਂ ਰਾਜਨੀਤੀ ਛੱਡ ਦਾਂਗਾ ਜੇ MSP ਬੰਦ ਹੋਈ, ਤੋਮਰ ਜੀ ਕਹਿੰਦੇ ਅਸੀਂ ਰਾਜਨੀਤੀ ਛੱਡ ਦਾਂਗੇ। ਮੈਂ ਇਹ ਚਾਹੁੰਦਾ, ਇੱਕ ਸਿੰਪਲ ਜੀ ਕਿਸਾਨਾਂ ਦੀ ਡਿਮਾਂਡ ਹੈ, ਪਹਿਲਾਂ ਤਾਂ ਇੱਕ ਬਿੱਲ ਲਿਆਉਂਦੀ ਕਰੋਨਾ ਕਾਲ 'ਚ, ਕਿੱਡੀ ਇੱਡੀ ਇੰਨੀ ਜੇ 70 ਸਾਲ ਤੋਂ ਬਿੱਲ ਨਹੀਂ ਸੀ ਆਏ, ਇੰਨੀ ਕੀ ਐਮਰਜੈਂਸੀ ਸੀ ਜੀ ਇਹਨਾਂ ਨੂੰ ਬਿੱਲ ਲਿਆਉਂਦੀ, ਠੀਕ ਹੈ ਜੀ। ਦੂਜੀ ਗੱਲ ਜਿਹੜੀ, ਜੇ ਹੁਣ ਇਹਨਾਂ ਨੇ ਗਲਤੀ ਕਰ ਹੀ ਲਈ ਹੈ, ਇਹਨਾਂ ਨੂੰ ਗਲਤੀ ਆਪਣੀ ਮੰਨਣੀ ਚਾਹੀਦੀ ਹੈ, ਬਜਾਏ ਆਪਾਂ ਉੱਤੇ ਸਟੈਂਡ ਲੈ ਰਹੇ ਹਾਂ। ਫਿਰ ਜੇ ਕਿਸਾਨ ਕਹਿੰਦਾ ਵਾ ਕਿ ਜੀ MSP ਤੁਸੀਂ ਵਰਬਲੀ ਕਹਿ ਰਹੇ ਹੋ, ਕਿਸਾਨ ਨੂੰ ਵਿਸ਼ਵਾਸ ਨਹੀਂ ਹੈ, ਸਾਨੂੰ ਵਿਸ਼ਵਾਸ ਨਹੀਂ ਹੈ, ਤੁਸੀਂ ਉਹਨੂੰ ਰਿਟਰਨ 'ਚ ਕੰਸਟੀਟਿਊਸ਼ਨਲ ਐਕਟ 'ਚ ਉਹਨੂੰ ਬਣਾ ਕੇ ਦਿਓ ਜੀ। ਸਿਰਫ ਇੰਨੀ ਮੰਗ ਹੀ ਮੰਗ ਰਿਹਾ ਕਿਸਾਨ, ਹੋਰ ਕੀ ਮੰਗ ਰਿਹਾ ਕਿ ਮੈਨੂੰ ਮਿਹਨਤ ਦਾ, ਮੇਰੀ ਜਿਹੜੀ ਮਿਹਨਤ ਦਾ ਉਹਦਾ ਫਲ ਮਿਲੇ, ਹੋਰ ਕੀ ਮੰਗ ਰਿਹਾ ਕਿਸਾਨ? ਕਿਸਾਨ ਕੋਈ ਇਹਨਾਂ ਕੋਲ MP ਦੀਆਂ ਸੀਟਾਂ ਥੋੜ੍ਹਾ ਮੰਗ ਰਿਹਾ, ਜਾਂ MLA ਦੀਆਂ ਟਿਕਟਾਂ ਮੰਗ ਰਿਹਾ ਜਿਹੜੀ ਇਹਨਾਂ ਨੂੰ ਕੋਈ ਦਿੱਕਤ ਹੋ ਰਹੀ ਹੈ, ਉਹ ਤਾਂ ਆਪਣੇ ਹੱਕਾਂ ਦੀ ਮੰਗ ਔਰ ਜਾਇਜ਼ ਹੱਕ ਦੀ ਮੰਗ ਮੰਗ ਰਿਹਾ। ਮਨ ਕੀ ਬਾਤ ਅੱਜ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ, ਉਹਦੇ ਵਿੱਚ ਫਿਰ ਇੱਕ ਵਾਰ ਮੁੜ ਤੋਂ ਜਿਹੜਾ ਕਿ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨੇ। ਦੂਜੇ ਪਾਸੇ ਕਹਿੰਦੇ ਨੇ ਕਿ ਜੀ ਤੁਹਾਨੂੰ ਅਸੀਂ ਇੱਕ ਸਟੈਂਡ ਵੀ ਦੇ ਰਹੇ ਹਾਂ ਜਿੱਥੇ ਜਾ ਕੇ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ, ਇੱਕ ਗਰਾਊਂਡ ਦੇ ਰਹੇ ਹਾਂ, ਕੀ ਲੱਗਦਾ? ਦੇਖੋ ਜਿਹੜਾ ਇਹੋ ਤਾਂ ਬੜੀ ਦੁਰਭਾਗਿਆਪੂਰਨ ਗੱਲ ਹੈ ਜੀ ਸਾਡੀ, ਕਿ ਜਿੱਥੇ 62 ਕਰੋੜ ਕਿਸਾਨਾਂ ਦੀ ਗੱਲ ਸੁਣਨ ਦਾ ਪ੍ਰਧਾਨ ਮੰਤਰੀ ਜੀ ਕੋ, ਉਹਨਾਂ ਦੇ ਮਨ ਦੀ ਗੱਲ ਸੁਣਨ ਦਾ ਟਾਈਮ ਨਹੀਂ ਹੈ। ਅੱਜ ਜੇ ਉਹ ਉੱਥੇ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ, ਅਤੇ PM ਸਾਹਿਬ ਕਰੋਨਾ ਵਿਜ਼ਿਟ ਲਈ ਗੁਜਰਾਤ ਚਲੇ ਗਏ, ਇਹ ਸਭ ਤੋਂ ਵੱਡਾ 62 ਕਰੋੜ ਕਿਸਾਨਾਂ ਦੀ ਗੱਲ ਨੂੰ ਇਹ ਮਤਲਬ ਉਹਨਾਂ ਦਾ ਦਰਦ ਨਹੀਂ ਨਾ ਸਮਝਦੇ। ਇੱਕ ਪਾਸੇ ਮੈਂ ਕਹਿੰਦਾ ਜੀ,
ਫਿਰ ਮਨ ਦੀ ਬਾਅਦ 'ਚ ਫਿਰ ਦੁਬਾਰਾ ਫਾਇਦੇ ਗਿਣਾਉਣ ਲੱਗ ਪਿਆ ਹੈ। ਇਸੇ ਇਹ ਡਬਲ ਸਟੈਂਡਰਡ ਦੀ ਤਾਂ ਪ੍ਰੋਬਲਮ ਹੈ ਕਿ ਇਹਨਾਂ ਦਾ ਭਾਜਪਾ ਦਾ ਜਿਹੜਾ ਡਬਲ ਸਟੈਂਡਰਡ ਹੈ, ਕਿਸਾਨ ਹਿਤੈਸ਼ੀ ਨਹੀਂ ਹੈ, ਕਿਸਾਨ ਵਿਰੋਧੀ ਹੈ। ਇਹ ਤੁਸੀਂ ਸਾਰਿਆਂ ਦੇਖ ਲਿਆ ਜਿਸ ਤਰ੍ਹਾਂ ਉਹਨਾਂ ਦੇ ਡੰਡੇ ਵਰਸਾਏ ਗਏ, ਜਿਵੇਂ ਉਹਨਾਂ ਨੂੰ ਰੋਕਿਆ ਗਿਆ ਵਾ, ਇਹ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿਸਾਨ ਹਿਤੈਸ਼ੀ ਨੇ ਕਿ ਕਿਸਾਨ ਵਿਰੋਧੀ ਨੇ। ਠੀਕ, ਧੰਨਵਾਦ।